ਯਸਾਇਆ 1 ਅਧਿਆਇ 3 ਵਚਨ ਦੇ ਵਿੱਚ ਲਿਖਿਆ, ਬਲਦ ਆਪਣੇ ਮਾਲਕ ਨੂੰ ਅਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਇਲ ਨਹੀਂ ਜਾਣਦਾ, ਮੇਰੀ ਪਰਜਾ ਨਹੀਂ ਸੋਚਦੀ। ਖੁਦਾ ਦੇ ਲੋਕੋ, ਪਰਮੇਸ਼ਰ ਦਾ ਵਚਨ ਜਿਹੜਾ ਹੁਣ ਪੜ੍ਹਿਆ ਗਿਆ, ਉਹਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਇੱਕ ਬਲਦ ਆਪਣੇ ਮਾਲਕ ਨੂੰ ਜਾਣਦਾ ਹੈ ਅਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਇਲ ਮੈਨੂੰ ਨਹੀਂ ਜਾਣਦਾ ਅਤੇ ਉਹ ਨਹੀਂ ਸੋਚਦਾ। ਪਰਮੇਸ਼ਰ ਦੇ ਲੋਕੋ, ਇੱਥੇ ਇਸਰਾਇਲ ਉਹ ਹੈ ਜਿਸ ਨੂੰ ਪਰਮੇਸ਼ਵਰ ਨੇ ਚੁਣਿਆ ਔਰ ਪਰਮੇਸ਼ਵਰ ਦੀ ਪਵਿੱਤਰ ਕੌਮ ਕਰਕੇ ਠਹਿਰਾਇਆ। ਪਰਮੇਸ਼ਵਰ ਨੇ ਉਹਨਾਂ ਨੂੰ ਆਪਣੀ ਪਰਜਾ, ਆਪਣੇ ਖਾਸ ਲੋਕ ਠਹਿਰਾਇਆ। ਪਰ ਜਦੋਂ ਜਦੋਂ ਵੀ ਇਸਰਾਇਲ ਗਲਤੀ ਕਰਦਾ ਸੀ, ਜਦੋਂ ਜਦੋਂ ਵੀ ਇਸਰਾਇਲ ਦੇ ਲੋਕ ਗਲਤੀ ਕਰਦੇ ਸਨ, ਤਾਂ ਪਰਮੇਸ਼ਵਰ ਆਪਣੇ ਨਬੀਆਂ ਦੇ ਦੁਆਰਾ, ਆਪਣੇ ਸੇਵਕਾਂ ਦੇ ਦੁਆਰਾ, ਆਪਣੇ ਦਰਸ਼ਨ ਦੇ ਦੁਆਰਾ ਉਹਨਾਂ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਸੀ। ਕਈ ਵਾਰੀ ਪਰਮੇਸ਼ਵਰ ਇਸਰਾਇਲ ਦੇ ਲੋਕਾਂ ਤੋਂ ਕ੍ਰੋਧਿਤ ਅਤੇ ਗੁੱਸੇ ਹੋ ਜਾਂਦਾ ਸੀ, ਕਿਉਂਕਿ ਇਸਰਾਇਲ ਵਾਰ ਵਾਰ ਗਲਤੀ ਕਰਦਾ ਸੀਗਾ। ਖੁਦਾ ਦੇ ਲੋਕੋ, ਅੱਜ ਦੇ ਸਮੇਂ ਦੇ ਵਿੱਚ, ਅਜੋਕੇ ਸਮੇਂ ਦੇ ਵਿੱਚ, ਜਿੰਨੇ ਵੀ ਪ੍ਰਭੂ ਯਿਸੂ ਮਸੀਹ ਦੇ ਵਿਸ਼ਵਾਸ ਕਰਨ ਵਾਲੇ ਹਨ, ਜਿੰਨੇ ਵੀ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਹਨ, ਜਿਹੜੇ ਇਹ ਕਹਿੰਦੇ ਹਨ ਕਿ ਮੈਂ ਪਰਮੇਸ਼ਵਰ ਦਾ ਚੁਣਿਆ ਹੋਇਆ ਹਾਂ, ਜਿਹੜੇ ਇਹ ਕਹਿੰਦੇ ਹਨ ਕਿ ਮੈਂ ਪਰਮੇਸ਼ਵਰ ਦੀ ਚੁਣੀ ਹੋਈ ਹਾਂ, ਉਹਨਾਂ ਨੂੰ ਅੱਜ ਪਰਮੇਸ਼ਵਰ ਦਾ ਵਚਨ ਕੁਛ ਦੱਸਣਾ ਚਾਹੁੰਦਾ ਆ। ਪਰਮੇਸ਼ਵਰ ਆਪਣੇ ਵਚਨ ਦੇ ਦੁਆਰਾ ਚੇਤਾਵਨੀ ਦੇਣਾ ਚਾਹੁੰਦਾ ਆ। ਅੱਜ ਵੀ ਬਹੁਤ ਸਾਰੇ ਵਿਸ਼ਵਾਸੀ ਲੋਕ ਹਨ ਜਿਹੜੇ ਇਸਰਾਈਲੀ ਭਟਕੀ ਹੋਈ ਪਰਜਾ ਦੇ ਵਾਂਗ ਹੋ ਗਏ ਹਨ, ਜਿਹੜੇ ਵਾਰ ਵਾਰ ਗਲਤੀ ਕਰਦੇ ਸੀਗੇ। ਅੱਜ ਬਹੁਤ ਸਾਰੇ ਐਸੇ ਚੁਣੇ ਹੋਏ ਵਿਸ਼ਵਾਸੀ ਲੋਕ ਹਨ। ਅਗਰ ਤੁਸੀਂ ਵੀ ਚੁਣੇ ਹੋਏ ਵਿਸ਼ਵਾਸੀ ਲੋਕ ਹੋ, ਤਾਂ ਫਿਰ ਕਿੱਦਾਂ ਤੁਸੀਂ ਆਪਣੇ ਮਾਲਕ ਦੀ ਖੁਰਲੀ ਅਤੇ ਆਪਣੇ ਮਾਲਕ ਨੂੰ ਭੁੱਲ ਜਾਂਦੇ ਹੋ? ਕਿੱਦਾਂ ਤੁਸੀਂ ਪਰਮੇਸ਼ਵਰ ਦੀ ਬੰਦਗੀ ਕਰਨਾ ਭੁੱਲ ਜਾਂਦੇ ਹੋ? ਕਿੱਦਾਂ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਭੁੱਲ ਜਾਂਦੇ ਹੋ? ਤੁਸੀਂ ਭੁੱਲ ਜਾਂਦੇ ਹੋ ਕਿ ਪਰਮੇਸ਼ਵਰ ਨੇ ਤੁਹਾਨੂੰ ਕਿੱਥੋਂ ਚੁੱਕਿਆ ਔਰ ਅੱਜ ਕਿੱਥੇ ਲਿਆ ਕੇ ਖੜਾ ਕੀਤਾ ਆ? ਪਰਮੇਸ਼ਵਰ ਨੇ ਖਾਕ ਤੋਂ ਚੁੱਕ ਕੇ ਪਤਵੰਤਾਂ ਦੇ ਵਿੱਚ ਬਿਠਾ ਕੇ ਖੜਾ ਕਰ ਦਿੱਤਾ ਹੈ, ਜਦੋਂ ਸਾਡੇ ਪੱਲੇ ਕੁਛ ਵੀ ਨਹੀਂ ਔਰ ਬਿਮਾਰੀਆਂ, ਦੁੱਖਾਂ, ਦਰਦਾਂ, ਮੁਸੀਬਤਾਂ ਦੇ ਵਿੱਚ ਫਸੇ ਹੋਏ ਸਾਂ, ਜਦੋਂ ਸੁਸਾਈਡ ਕਰਨ ਤੱਕ ਵੀ ਚਲੇ ਜਾਂਦੇ ਸੀ। ਇੱਦਾਂ ਦੀਆਂ ਲੋਕਾਂ ਦੇ ਜੀਵਨ ਵਿੱਚ ਗਵਾਹੀਆਂ ਜਿਨ੍ਹਾਂ ਦੇ ਦੁਆਰਾ ਪਰਮੇਸ਼ਵਰ ਨੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ। ਅੱਜ ਬਹੁਤ ਸਾਰੇ ਲੋਕ ਬੜੇ ਉਚਾਈਆਂ ਤੱਕ ਜਿਨ੍ਹਾਂ ਨੂੰ ਪਰਮੇਸ਼ਵਰ ਲੈ ਕੇ ਗਿਆ ਔਰ ਬਹੁਤ ਸਾਰੀਆਂ ਬਰਕਤਾਂ ਦੇ ਨਾਲ ਉਹਨਾਂ ਨੂੰ ਬਲੈਸ ਕਰ ਦਿੱਤਾ, ਲੇਕਿਨ ਉਹ ਲੋਕ ਵੀ ਪਰਮੇਸ਼ਵਰ ਨੂੰ ਭੁੱਲ ਗਏ। ਉਹ ਲੋਕ ਵੀ ਪਰਮੇਸ਼ਵਰ ਦੀ ਸੇਵਾ ਨੂੰ ਭੁੱਲ ਗਏ। ਬਹੁਤ ਸਾਰੇ ਲੋਕ ਪਰਮੇਸ਼ਵਰ ਦੇ ਕੋਲੋਂ ਧੀਆਂ ਪੁੱਤਰਾਂ ਦੀ ਬਰਕਤ ਪਾਉਂਦੇ ਹਨ, ਰੁਜ਼ਗਾਰ, ਕੰਮ ਦੀ ਬਰਕਤ ਪਾਉਂਦੇ ਹਨ, ਬਿਜ਼ਨਸ ਦੇ ਵਿੱਚ ਬਲੈਸ ਹੁੰਦੇ ਹਨ, ਚੰਗਾ ਘਰ, ਪਰਿਵਾਰ, ਮੋਟਰ ਗੱਡੀਆਂ, ਪਰਮੇਸ਼ਵਰ ਸਭ ਕੁਛ ਦਿੰਦਾ ਆ, ਲੇਕਿਨ ਫਿਰ ਵੀ ਪਰਮੇਸ਼ਵਰ ਨੂੰ ਉਹ ਭੁੱਲ ਜਾਂਦੇ ਹਨ। ਫਿਰ ਵੀ ਉਹ ਉਹਨਾਂ ਦਾਸਾਂ ਨੂੰ ਭੁੱਲ ਜਾਂਦੇ ਹਨ ਜਿਹੜੇ ਰੋਜ਼ ਤੁਹਾਡੇ ਲਈ ਦੁਆਵਾਂ, ਪ੍ਰਾਰਥਨਾਵਾਂ ਕਰਦੇ ਹਨ। ਤੁਹਾਨੂੰ ਪਰਮੇਸ਼ਵਰ ਉੱਚਾ ਕਰੇ, ਇਹਦੇ ਲਈ ਉਹ ਰੋਜ਼ੇ ਰੱਖਦੇ ਹਨ, ਇਹਦੇ ਲਈ ਉਹ ਪਰਮੇਸ਼ਵਰ ਦੇ ਅੱਗੇ ਗੋਡੇ ਟੇਕ ਕੇ ਦੁਆਵਾਂ ਕਰਦੇ ਹਨ, ਲੇਕਿਨ ਅੱਜ ਬਹੁਤ ਸਾਰੇ ਲੋਕ ਆਪਣੇ ਸਵਾਮੀ ਨੂੰ ਭੁੱਲ ਜਾਂਦੇ ਹਨ, ਆਪਣੇ ਸੇਵਕ ਨੂੰ ਭੁੱਲ ਜਾਂਦੇ ਹਨ, ਆਪਣੇ ਪਾਸਟਰ ਜੀ ਨੂੰ ਭੁੱਲ ਜਾਂਦੇ ਹਨ, ਆਪਣੇ ਚਰਚ ਨੂੰ ਭੁੱਲ ਜਾਂਦੇ ਹਨ ਔਰ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਹਨ। ਖੁਦਾ ਦੇ ਲੋਕੋ, ਪਰਮੇਸ਼ਵਰ ਦੇ ਧੀਆਂ ਪੁੱਤਰ ਹੋਣਾ ਸਿਰਫ ਬਰਕਤਾਂ ਲੈਣਾ ਨਹੀਂ, ਸਿਰਫ ਪਰਮੇਸ਼ਵਰ ਦੇ ਕੋਲੋਂ ਆਸ਼ੀਸ਼ਾਂ ਲੈਣਾ ਨਹੀਂ ਹੁੰਦਾ, ਪਰਮੇਸ਼ਵਰ ਆਪਣੇ ਧੀਆਂ ਪੁੱਤਰਾਂ ਨੂੰ ਕੁਛ ਜ਼ਿੰਮੇਵਾਰੀਆਂ ਵੀ ਦਿੰਦਾ ਆ, ਪਰਮੇਸ਼ਵਰ ਆਪਣੀ ਪਰਜਾ ਨੂੰ ਕੁਛ ਜ਼ਿੰਮੇਵਾਰੀਆਂ ਵੀ ਦਿੰਦਾ ਆ ਔਰ ਕੁਛ ਕੰਮ ਕਰਨ ਤੋਂ ਰੋਕਦਾ ਹੈ ਔਰ ਕੁਛ ਨਵੇਂ ਕੰਮ ਕਰਨ ਦੇ ਲਈ ਉਹਨਾਂ ਨੂੰ ਸੌਂਪਦਾ ਹੈ। ਚੰਗੇ ਕੰਮਾਂ ਦੀਆਂ ਜ਼ਿੰਮੇਵਾਰੀਆਂ ਪਰਮੇਸ਼ਵਰ ਆਪਣੇ ਚੁਣੇ ਹੋਏ ਲੋਕਾਂ ਨੂੰ ਦਿੰਦਾ ਆ, ਲੇਕਿਨ ਮਾੜਿਆਂ ਕੰਮਾਂ ਤੋਂ, ਬੁਰਿਆਂ ਕੰਮਾਂ ਤੋਂ, ਲੋਭ ਲਾਲਚ ਤੋਂ ਬਚਣ ਦੀ ਪਰਮੇਸ਼ਵਰ ਸਾਨੂੰ ਸਲਾਹ ਦਿੰਦਾ ਆ। ਲੇਕਿਨ ਅੱਜ ਬਹੁਤ ਸਾਰੇ ਲੋਕ ਪਰਮੇਸ਼ਵਰ ਦੇ ਵਿੱਚ ਹੁੰਦੇ ਹੋਏ ਵੀ ਐਸੇ ਗੁਨਾਹ ਅਤੇ ਗਲਤੀਆਂ ਕਰਦੇ ਹਨ ਔਰ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜਦੇ ਹਨ। ਖੁਦਾ ਦੇ ਲੋਕੋ, ਅੱਜ ਪਰਮੇਸ਼ਵਰ ਐਸੇ ਲੋਕਾਂ ਨਾਲੋਂ
ਬਲਦ ਅਤੇ ਖੋਤੇ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਆ। ਕਲਾਮ ਕਹਿੰਦਾ ਆ, ਕਹਿੰਦਾ ਤੁਹਾਡੇ ਨਾਲੋਂ ਬਲਦ ਚੰਗਾ ਜਿਹੜਾ ਆਪਣੇ ਮਾਲਕ ਨੂੰ ਜਾਣਦਾ, ਤੁਹਾਡੇ ਨਾਲ ਖੋਤਾ ਚੰਗਾ ਜਿਹੜਾ ਆਪਣੇ ਸਾਈਂ ਦੀ ਖੁਰਲੀ ਨੂੰ ਨਹੀਂ ਛੱਡਦਾ। ਜਿਸ ਕਿੱਲੇ ਦੇ ਉੱਤੇ ਮਾਲਕ ਨੇ ਉਸਨੂੰ ਬੰਨ੍ਹ ਦਿੱਤਾ, ਉਹ ਉੱਥੇ ਹੀ ਬੰਨਿਆ ਰਹਿੰਦਾ ਆ, ਉੱਥੇ ਹੀ ਰਹਿੰਦਾ ਆ, ਉੱਥੇ ਹੀ ਖਾਂਦਾ ਆ, ਉੱਥੇ ਹੀ ਬੈਠਦਾ ਉੱਠਦਾ ਆ। ਪਰ ਜਦੋਂ ਮਾਲਕ ਉਸਨੂੰ ਖੋਲ੍ਹ ਕੇ ਇੱਧਰ ਉੱਧਰ ਲੈ ਕੇ ਜਾਵੇ, ਉਹ ਉਦੋਂ ਜਾਂਦਾ ਆ। ਲੇਕਿਨ ਸਾਡੇ ਲੋਕ ਜਿਹੜੇ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਵੀ ਹਨ, ਅੱਜ ਉਹ ਵੀ 20-20 ਸਾਲ 30-30 ਸਾਲ ਪੁਰਾਣੇ ਵਿਸ਼ਵਾਸੀ ਹੋ ਕੇ ਵੀ ਅੱਜ ਭਟਕਦੇ ਫਿਰਦੇ ਆ। ਭੁੱਲ ਜਾਂਦੇ ਆ ਕਿ ਅਸੀਂ ਚਰਚ ਕਿਹੜਾ ਸੀ ਸਾਡਾ, ਭੁੱਲ ਜਾਂਦੇ ਆ ਕਿ ਸਾਡਾ ਪਾਸਟਰ ਆਤਮਿਕ ਆਗੂਆ ਕੌਣ ਸੀ। ਔਰ ਬਸ ਛੋਟੀ ਜਿਹੀ ਗਲਤੀ ਉਹਨਾਂ ਨੇ ਆਪਣੇ ਮਾਲਕ ਆਪਣੇ ਸਵਾਮੀ 'ਚ ਕੱਢਣੀ ਆ, ਆਪਣੇ ਪਾਸਟਰ ਜੀ ਦੇ ਵਿੱਚ ਕੱਢਣੀ ਆ, ਔਰ ਬਦਲ ਦੇਣਾ ਆ ਸਭ ਕੁਛ। ਖੁਦਾ ਦੇ ਲੋਕੋ, ਇਹ ਇਮਾਨਦਾਰੀ ਨਹੀਂ ਆ, ਇਹ ਵਫਾਦਾਰੀ ਨਹੀਂ ਆ। ਬਾਈਬਲ ਕਿਤੇ ਨਹੀਂ ਸਾਨੂੰ ਇਜਾਜ਼ਤ ਦਿੰਦੀ ਕਿ ਤੁਸੀਂ ਇੱਕ ਮੇਰੇ ਦਾਸ ਨੂੰ ਉਦਾਸ ਕਰਕੇ ਅਤੇ ਦੂਜੇ ਨੂੰ ਖੁਸ਼ ਕਰੋ। ਔਰ ਲਿਖਿਆ ਕੋਈ ਵੀ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਇੱਕ ਦਾ ਇਨਕਾਰ ਕਰੇਗਾ ਅਤੇ ਦੂਜੇ ਦਾ ਇਕਰਾਰ ਕਰੇਗਾ, ਇੱਕ ਦਾ ਤਿਰਸਕਾਰ ਕਰੇਗਾ ਅਤੇ ਦੂਸਰੇ ਦਾ ਆਦਰ ਕਰੇਗਾ। ਖੁਦਾ ਦੇ ਲੋਕੋ, ਇੱਕ ਚੁਣੇ ਹੋਏ ਵਿਸ਼ਵਾਸੀਆਂ ਲਈ ਇਹ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ। ਬਚਨ ਦੇ ਵੱਲ ਧਿਆਨ ਮਾਰੋ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੋ। ਤੁਹਾਨੂੰ ਚਰਚ ਦੇ ਵਿੱਚ, ਤੁਹਾਡੇ ਆਪਣੇ ਚਰਚ ਦੇ ਵਿੱਚ ਤੁਹਾਨੂੰ ਕਈ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹੋਣਗੀਆਂ। ਉਹ ਜਿਹੜਾ ਚਰਚ, ਜਿਹੜਾ ਮਾਲਕ ਦੀ ਖੁਰਲੀ ਜਿਹਨੂੰ ਕਿਹਾ ਗਿਆ ਹੈ, ਜਿਹੜਾ ਉਸ ਪਰਮੇਸ਼ਵਰ ਦਾ ਭਵਨ ਜਿੱਥੋਂ ਤੁਸੀਂ ਉੱਠੇ ਹੋ, ਜਿੱਥੋਂ ਤੁਹਾਨੂੰ ਪਰਮੇਸ਼ਵਰ ਨੇ ਬਲੈਸ ਕੀਤਾ, ਅਤੇ ਤੁਸੀਂ ਉਸੇ ਨੂੰ ਭੁੱਲ ਗਏ। ਆਪਣੇ ਆਪਣੇ ਆਤਮਿਕ ਅਗੂਏ ਦੇ ਨਾਲ, ਆਪਣੇ ਆਪਣੇ ਚਰਚ ਨਾਲ ਵਫ਼ਾਦਾਰ ਹੋਣਾ ਸਿੱਖੀਏ। ਇੱਧਰ ਉੱਧਰ ਭਟਕਣਾ ਬੰਦ ਕਰ ਦਈਏ। ਔਰ ਖਾਸ ਕਰਕੇ ਜੇ ਅਸੀਂ ਇਮਾਨਦਾਰ ਵਫ਼ਾਦਾਰ ਇੱਥੇ ਹੋਵਾਂਗੇ, ਤਾਂ ਅਸੀਂ ਪਰਮੇਸ਼ਵਰ ਦੇ ਨਾਲ ਸਵਰਗ ਵਿੱਚ ਆਨੰਦ ਮਾਣ ਸਕਦੇ ਹਾਂ। ਜਦੋਂ ਅਸੀਂ ਇੱਥੇ ਹੀ ਵਫ਼ਾਦਾਰ ਨਹੀਂ ਹਾਂ, ਤਾਂ ਅੱਗੇ ਦੀ ਆਸ ਅਸੀਂ ਕਿੱਦਾਂ ਕਰ ਸਕਦੇ ਹਾਂ, ਅੱਗੇ ਦੀ ਉਮੀਦ ਅਸੀਂ ਕਿੱਦਾਂ ਕਰ ਸਕਦੇ ਹਾਂ। ਪਰਮੇਸ਼ਵਰ ਦੇ ਲੋਕੋ, ਸਮਝਣਾ ਪਵੇਗਾ। ਇਸੇ ਲਈ ਵਚਨ 'ਚ ਲਿਖਿਆ ਹੈ, ਕਹਿੰਦਾ ਬਲਦ ਆਪਣੇ ਮਾਲਕ ਨੂੰ ਅਤੇ ਖੁੱਤ ਆਪਣੀ ਖੁਰਲੀ ਨੂੰ ਜਾਣਦਾ ਹੈ, ਪਰ ਇਜ਼ਰਾਈਲ ਨਹੀਂ ਜਾਣਦਾ। ਇਜ਼ਰਾਈਲ ਦਾ ਮਤਲਬ ਚੁਣੇ ਹੋਏ ਲੋਕ। ਅਗਰ ਤੁਸੀਂ ਚੁਣੇ ਹੋਏ ਲੋਕ ਹੋ, ਤੁਹਾਨੂੰ ਪਰਮੇਸ਼ਵਰ ਦੇ ਵਚਨਾਂ 'ਤੇ ਧਿਆਨ ਦੇਣਾ ਪਵੇਗਾ, ਕਿਉਂਕਿ ਅਗਰ ਤੁਸੀਂ ਚੁਣੇ ਹੋਏ ਲੋਕ ਹੋ, ਤਾਂ ਤੁਸੀਂ ਕਦੇ ਵੀ ਪਰਮੇਸ਼ਵਰ ਦੀ ਬੰਦਗੀ ਨਹੀਂ ਛੱਡ ਸਕਦੇ, ਤੁਸੀਂ ਕਦੇ ਵੀ ਪਰਮੇਸ਼ਵਰ ਦੀ ਸੇਵਾ ਨਹੀਂ ਛੱਡ ਸਕਦੇ। ਹਾਲੇਲੂਇਆ। ਆਪਣੇ ਜੀਵਨ 'ਤੇ ਵਿਚਾਰ ਕਰੋ, ਔਰ ਅਗਰ ਤੁਸੀਂ ਇਹ ਗਲਤੀਆਂ ਕੀਤੀਆਂ ਹਨ, ਤਾਂ ਮੁੜੋ ਪਰਮੇਸ਼ਵਰ ਦੇ ਵੱਲ, ਅਤੇ ਪਰਮੇਸ਼ਵਰ ਤੁਹਾਨੂੰ ਬਲੈਸ ਕਰੇਗਾ, ਤੁਹਾਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਬਲੈਸ ਕਰੇਗਾ। ਪਰ ਇਮਾਨਦਾਰ ਹੋਣਾ ਸਿੱਖੀਏ, ਵਫ਼ਾਦਾਰ ਹੋਣਾ ਸਿੱਖੀਏ। ਅਗਰ ਤੁਹਾਡਾ ਆਤਮਿਕ ਅਗੂਆ ਤੁਹਾਡੇ ਐਸੇ ਵਿਵਹਾਰ ਦੇ ਕਾਰਨ ਦੁਖੀ ਅਤੇ ਪਰੇਸ਼ਾਨ ਹੈ, ਤਾਂ ਸਮਝ ਲਓ ਬਾਈਬਲ ਦੇ ਵਿੱਚ ਲਿਖਿਆ ਕਿ ਪਵਿੱਤਰ ਆਤਮਾ ਸ਼ੋਕਿਤ ਹੁੰਦਾ ਆ। ਕੀ ਤੁਸੀਂ ਪਰਮੇਸ਼ਵਰ ਦੇ ਚੁਣੇ ਹੋਏ ਲੋਕ, ਵਾਰ ਵਾਰ ਗਲਤੀਆਂ ਕਰਕੇ, ਆਪਣੀਆਂ ਮਨਮਾਨੀਆਂ ਕਰਕੇ, ਆਪਣੀ ਸੇਵਾ ਤੋਂ ਭੱਜ ਕੇ? ਬਹੁਤ ਸਾਰੇ ਲੋਕ ਪਰਮੇਸ਼ਵਰ ਦੇ ਕੋਲੋਂ ਬਰਕਤ ਲੈਂਦੇ ਆ, ਔਰ ਵਾਅਦੇ ਕਰਦੇ ਆ, ਮੈਂ ਇੱਦਾਂ ਕਰਾਂਗਾ, ਮੈਂ ਉੱਦਾਂ ਕਰਾਂਗਾ, ਮੈਂ ਇਹ ਕਰਾਂਗਾ, ਲੇਕਿਨ ਬਾਅਦ ਵਿੱਚ ਸਭ ਭੁੱਲ ਜਾਂਦੇ ਆ, ਕਿਉਂਕਿ ਸ਼ੈਤਾਨ ਬੁੱਧੀ ਜਿਹੜੀ ਆ ਬੰਦ ਕਰ ਦਿੰਦਾ ਆ। ਔਰ ਸ਼ੈਤਾਨ, ਜਦੋਂ ਇਨਸਾਨ ਕੋਲ ਧਨ ਦੌਲਤ ਰੁਪਈਆ ਪੈਸਾ ਸਭ ਕੁਛ ਆ ਜਾਂਦਾ ਆ, ਤਾਂ ਫਿਰ ਇਨਸਾਨ ਦੇ ਅੰਦਰ ਘਮੰਡ ਪਾਉਂਦਾ ਆ, ਔਰ ਉਹ ਵਫ਼ਾਦਾਰੀ ਉਹਦੇ ਜੀਵਨ ਵਿੱਚੋਂ ਜਾਂਦੀ ਰਹਿੰਦੀ ਹੈ, ਇਸ ਕਰਕੇ ਉਹ ਗਲਤੀਆਂ ਕਰਦਾ ਆ। ਖੁਦਾ ਦੇ ਲੋਕੋ, ਅਸੀਂ ਉਹਨਾਂ ਗੱਲਾਂ ਨੂੰ, ਪਰਮੇਸ਼ਵਰ ਦੇ ਪਵਿੱਤਰ ਵਚਨਾਂ ਨੂੰ ਯਾਦ ਕਰੀਏ ਅਤੇ ਵਾਪਸ ਮੁੜੀਏ, ਭਟਕਣਾ ਬੰਦ ਕਰੀਏ, ਔਰ ਇਮਾਨਦਾਰ ਹੋਈਏ, ਕਿਉਂਕਿ ਤੁਹਾਡੀ ਇਮਾਨਦਾਰੀ ਤੁਹਾਨੂੰ ਪਰਮੇਸ਼ਵਰ ਦੇ ਘਰ ਸਵਰਗ ਤੱਕ ਲੈ ਕੇ ਜਾਵੇਗੀ। ਪ੍ਰਭੂ ਯਿਸੂ ਤੁਹਾਨੂੰ ਬਰਕਤ ਦੇਵੇ। ਜੈ ਮਸੀਹ ਦੀ।